ਸੋਸੀ ਟੈਕ ਦਿਓ SSV Entertainment ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਫੇਰ ਆਪਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਸੁੰਨੜ ਕਲਾਂ ਚ ਹੀ ਆ ਗਏ ਹਾਂ ਤੁਹਾਡੇ ਲਈ ਪਿੰਡ ਦੀਆਂ ਹੋਰ ਜਾਣਕਾਰੀਆਂ ਲੱਭਣ ਪਰ ਜੇ ਤੁਸੀਂ ਹਲੇ ਪਹਿਲਾ ਭਾਗ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਪਹਿਲਾਂ ਸੁੰਨੜ ਕਲਾਂ ਪਿੰਡ ਦਾ ਪਹਿਲਾ ਭਾਗ ਦੇਖ ਲਓ ਫੇਰ ਤੁਸੀਂ ਅੱਜ ਦਾ ਆਹ ਦੂਜਾ ਭਾਗ ਦੇਖਿਓ ਫੇਰ ਤੁਹਾਨੂੰ ਪੂਰੀ ਜਾਣਕਾਰੀ ਮਿਲੂ ਪਿੰਡ ਦੀ ਤੇ ਤੁਸੀਂ ਦੋਵੇਂ ਭਾਗ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਸਾਨੂੰ ਕਮੈਂਟ ਕਰਕੇ ਜਾਂ ਫਿਰ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨੂੰ ਆਹ ਫੋਨ ਤੇ ਗੱਲ ਕਰਕੇ ਦੱਸ ਵੀ ਸਕਦੇ ਹੋ ਕਿ ਫਲਾਨੀ ਗੱਲ ਵੀ ਇਹਦੇ ਜਰੂਰ ਪਾਓ ਫਿਰ ਅਸੀਂ ਮੂਹਰੇ ਸੋਮਵਾਰ ਨੂੰ ਸੁੰਨਣ ਕਲਾ ਪਿੰਡ ਦੇ ਤੀਜੇ ਭਾਗ ਚ ਉਹ ਜਾਣਕਾਰੀਆਂ ਵੀ ਸ਼ਾਮਲ ਕਰ ਲਾਂਗੇ ਤੀਜਾ ਭਾਗ ਸੋਮਵਾਰ ਨੂੰ ਅੱਥ ਨੇ 4 ਵਜੇ ਆਊਗਾ ਤੇ ਇੱਕ ਬੇਨਤੀ ਹੋਰ ਆ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਫਿਰ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰ ਦਿੰਨੇ ਆ ਪੈਂਸ ਨਰ ਕਲਾ ਦਾ ਭਾਗ ਦੂਜਾ ਦੋਸਤੋ ਅੱਜ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਖਾਉਨੇ ਆ ਦੋਸਤੋ ਇਹ ਸਕੂਲ ਨੂਰਮੈਲ ਨੂੰ ਜਾਣ ਵਾਲੀ ਸੜਕ ਤੇ ਆ ਤੁਸੀਂ ਦੇਖੋ ਸਕੂਲ ਦੀ ਇਮਾਰਤ ਕਿੰਨੀ ਸ਼ਾਨਦਾਰ ਆ ਖੁੱਲ੍ਹਾ ਡੁੱਲਾ ਥਾਂ ਵਧੀਆ ਗਮਲਿਆਂ 'ਚ ਫੁੱਲ ਬੂਟੇ ਲਾਏ ਹੋਏ ਨੇ ਸਕੂਲ ਸਾਫ਼ ਸੁਥਰਾ ਵੀ ਬਹੁਤ ਆ ਦੋਸਤੋ ਇਹ ਸਕੂਲ ਦੇ ਇੰਚਾਰਜ ਨੇ ਅਧਿਆਪਕ ਸ਼੍ਰੀ ਸਰਜੀਤ ਕੁਮਾਰ ਜੀ ਤੇ ਪੀਟੀਏ ਅਧਿਆਪਕ ਨੇ ਬੀਬੀ ਕੋਮਲਪ੍ਰੀਤ ਜੀ ਇਹ ਬਹੁਤ ਹੀ ਸਿਆਣੇ ਅਧਿਆਪਕ ਨੇ ਇਹਨਾਂ ਨੇ ਪਿੰਡ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਆ ਕਿ ਤੁਸੀਂ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਾਓ ਅਸੀਂ ਤੁਹਾਡੇ ਬੱਚਿਆਂ ਨੂੰ ਵਧੀਆ ਵਿੱਦਿਆ ਦੇ ਕੇ ਉਹਨਾਂ ਨੂੰ ਸਫਲ ਇਨਸਾਨ ਬਣਾਉਣ ਦੀ ਪਹਿਲੀ ਪੌੜੀ ਤੇ ਚੜਾਵਾਂਗੇ ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਸਾਰੇ ਪਹਿਲਾਂ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਆ ਤੇ ਵਧੀਆ ਜ਼ਿੰਦਗੀ ਜਿਉ ਰਹੇ ਆ ਪਰ ਹੁਣ ਪਤਾ ਨਹੀਂ ਤਾਂ ਸਰਕਾਰਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਟੈਕਸ ਇਕੱਠਾ ਕਰ ਲਈ ਉਹਨਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਪਤਾ ਨਹੀਂ ਪ੍ਰਾਈਵੇਟ ਸਕੂਲਾਂ ਦੇ ਬਿਜ਼ਨਸਮੈਨਾਂ ਨੇ ਆਪਦੀ ਮਸ਼ਹੂਰੀ ਹੋਈ ਇੰਨੀ ਕਰਤੀ ਕਿ ਜੇ ਆਪਦੇ ਬੱਚਿਆਂ ਨੂੰ ਵਧੀਆ ਬਣਾਉਣਾ ਤਾਂ ਸਾਡੇ ਸਕੂਲ ਚ ਲਾਓ ਪ੍ਰਾਈਵੇਟ ਸਕੂਲ ਵਧੀਆ ਹੁੰਦੇ ਆ ਸਰਕਾਰੀ ਸਕੂਲਾਂ 'ਚ ਤਾਂ ਗਰੀਬਾਂ ਦੇ ਜਵਾਕ ਪੜਦੇ ਆ ਜਾਣੀ ਐਵੇਂ ਅਫਵਾਹਾਂ ਨਹੀਂ ਆਈਆਂ ਫਿਰ ਮੇਰੇ ਵਰਗੇ ਮਾਪੇ ਕਈ ਫੁਕਰੀ ਕਰਕੇ ਕਈ ਗਵਾਂਡੀਆਂ ਦੇ ਜਵਾਕਾਂ ਨੂੰ ਦੇਖ ਕੇ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ 'ਚ ਭੇਜਣ ਲੱਗ ਗਏ ਆ ਤੇ ਇਹ ਕਿਸੇ ਨੇ ਵੀ ਨਹੀਂ ਸੋਚਿਆ ਕਿ ਉੱਥੇ ਚੋਲੇ ਪਰ ਪਰ ਕੇ ਫੀਸਾਂ ਦੇਣੀਆਂ ਪੈਂਦੀਆਂ ਨੇ ਤੇ ਮਹਿੰਗੀ ਪੜ੍ਹਾਈ ਕਰਾ ਕੇ ਫਿਰ ਮਾਪੇ ਆਪਦੇ ਬੱਚਿਆਂ ਨੂੰ ਆਪ ਤੋਂ ਦੂਰ ਵਿਦੇਸ਼ਾਂ ਨੂੰ ਤੋਰ ਦਿੰਦੇ ਆ ਕਿਉਂਕਿ ਜਿੰਨੇ ਪੈਸੇ ਉਹਨਾਂ ਦੀ ਪੜ੍ਹਾਈ ਤੇ ਖਰਚੇ ਆ ਉਹ ਤਾਂ ਫਿਰ ਵਿਦੇਸ਼ਾਂ ਤੋਂ ਹੀ ਪੂਰੇ ਹੋਣੇ ਆ ਜਾਨੀ ਪ੍ਰਾਈਵੇਟ ਸਕੂਲਾਂ ਨੇ ਮਾਪਿਆਂ ਦੇ ਲਾਲ ਉਹਨਾਂ ਦੀਆਂ ਝੋਲੀਆਂ ਚੋਂ ਕੱਢ ਕੇ ਉਹਨਾਂ ਤੋਂ ਦੂਰ ਕਰਦੇ ਆ ਜਰਾ ਗੌਰ ਨਾਲ ਸੋਚਿਓ ਇਸ ਗੱਲ ਨੂੰ ਫਿਰ ਦੋਸਤੋ ਪਿੰਡ ਦੇ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਇੱਕ ਆਂਗਣਵਾੜੀ ਸੈਂਟਰ ਵੀ ਆ ਤੇ ਆਂਗਣਵਾੜੀ ਵਰਕਰ ਨੇ ਬੀਬੀ ਬਲਵੀਰ ਕੌਰ ਜੀ ਤੇ ਬੀਬੀ ਪਾਲੋ ਜੀ ਤੇ ਇਹਨਾਂ ਦੇ ਨਾਲ ਹੈਲਪ ਪਰ ਨੇ ਬਿੰਦਰ ਜੀ ਤੇ ਬੀਬੀ ਨਰਮਲਾ ਜੀ ਤੇ ਇੱਥੇ ਕੋਕ ਨੇ ਬੀਬੀ ਅਮਰਜੀਤ ਕੌਰ ਜੀ ਦੋਸਤੋ ਪਿੰਡ ਦਾ ਇਹ ਪ੍ਰਾਇਮਰੀ ਸਕੂਲ ਸਨ 1909 ਈਸਵੀ ਚ ਬਣਿਆ ਸੀ ਫਿਰ ਸਨ 1972 ਚ ਪਿੰਡ ਚ ਮਿਡਲ ਸਕੂਲ ਬਣ ਗਿਆ ਸੀ ਤੇ ਪਿੰਡ ਦਾ ਆ ਸਰਕਾਰੀ ਹਾਈ ਸਮਾਰਟ ਸਕੂਲ 1981 ਚ ਬਣਿਆ ਸੀ ਤੇ ਕਹਿੰਦੇ ਜਦੋਂ ਇਹ ਸਰਕਾਰੀ ਹਾਈ ਸਕੂਲ ਬਣਿਆ ਸੀ ਤਾਂ ਇਹਦੇ ਚ ਸਭ ਤੋਂ ਪਹਿਲੇ ਅਧਿਆਪਕ ਸਰਦਾਰ ਜਗਤਾਰ ਸਿੰਘ ਕੋਹਲੀ ਜੀ ਲੱਗੇ ਸੀ ਤੇ ਅੱਜ ਕੱਲ ਇਹ ਸਕੂਲ ਦੇ ਹੈਡਮਾਸਟਰ ਸਾਹਿਬ ਨੇ ਸ੍ਰੀ ਸੰਜੀਪ ਗੰਡਾ ਜੀ ਤੇ ਇਹਨਾਂ ਦੇ ਨਾਲ ਅਧਿਆਪਕ ਸਹਿਬਾਨ ਨੇ ਸ੍ਰੀ ਅਸ਼ੋਕ ਕੁਮਾਰ ਭਗਤ ਜੀ, ਬੀਬੀ ਗਗਨਦੀਪ ਕੌਰ ਜੀ, ਸਰਦਾਰ ਬਲਕਾਰ ਸਿੰਘ ਜੀ, ਸ੍ਰੀ ਮੋਹਤ ਕੁਮਾਰ ਜੀ, ਸਰਦਾਰ ਦਲਵਿੰਦਰ ਸਿੰਘ ਜੀ, ਸ੍ਰੀ ਦੀਪਕ ਜੀ, ਬੀਬੀ ਨਿਸ਼ਾਦ ਤੇ ਬੀਬੀ ਮੁਸਕਾਨ ਜੀ ਤੇ ਇਹ ਸਕੂਲ ਚ ਮੈਡ ਦੇ ਮੀਲ ਤਿਆਰ ਕਰਨ ਦੀ ਜ਼ਿੰਮੇਵਾਰੀ ਆ ਬੀਬੀ ਲਖਵਿੰਦਰ ਕੌਰ ਜੀ ਤੇ ਬੀਬੀ ਵਿਦਿਆਰਣੀ ਜੀ ਦੀ ਤੇ ਸਕੂਲ ਦੀ ਸਫਾਈ ਦੀ ਜ਼ਿੰਮੇਵਾਰੀ ਆ ਸ਼੍ਰੀ ਰਜੇਸ਼ ਕੁਮਾਰ ਜੀ ਦੀ ਤੇ ਸਕੂਲ ਦੇ ਚੌਂਕੀਦਾਰ ਸਾਹਿਬ ਨੇ ਸਰਦਾਰ ਜਸਵੀਰ ਸਿੰਘ ਜੀ ਦੋਸਤੋ ਤੁਸੀਂ ਨਾਲ ਦੀ ਨਾਲ ਸਕੂਲ ਦੀਆਂ ਤਸਵੀਰਾਂ ਦੇਖ ਹੀ ਰਹੇ ਹੋ ਕਿੰਨਾ ਵਧੀਆ ਸਕੂਲ ਆ ਸੋਹਣੇ ਕਮਰੇ ਪਾਏ ਹੋਏ ਨੇ ਤੇ ਸਾਫ ਸਫਾਈ ਵੀ ਵਧੀਆ ਕੀਤੀ ਹੋਈ ਆ ਕੁੱਲ ਮਿਲਾ ਕੇ ਪਿੰਡ ਸੁੰਨਣ ਕਲਾਂ ਦੇ ਦੋਵੇਂ ਸਕੂਲ ਹੀ ਸੋਹਣੇ ਤੇ ਸਾਫ ਸੁਥਰੇ ਨੇ ਤੇ ਦੋਨਾਂ ਸਕੂਲਾਂ ਦੇ ਅਧਿਆਪਕ ਵੀ ਬਹੁਤ ਸਿਆਣੇ ਤੇ ਮਿਹਨਤੀ ਨੇ ਜਾਨੀ ਪਿੰਡ ਦੇ ਬੱਚਿਆਂ ਦਾ ਭਵਿੱਖ ਵਧੀਆ ਹੱਥਾਂ 'ਚ ਆ ਤੁਸੀਂ ਵੀ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਇਹਨਾਂ ਸਰਕਾਰੀ ਸਕੂਲਾਂ 'ਚ ਭੇਜੋ ਕਿਉਂਕਿ ਇਹ ਸਕੂਲ ਤੁਹਾਡੇ ਪਿੰਡ ਦੇ ਵਿੱਚ ਹੀ ਆ ਵਧੀਆ ਅਧਿਆਪਕ ਨੇ ਖਾਣਾ ਵੀ ਸਕੂਲ 'ਚ ਹੀ ਖਵਾਉਂਦੇ ਆ ਤੇ ਤੁਹਾਡੀ ਜੇਬ 'ਤੇ ਵੀ ਕੋਈ ਬੋਝ ਨਹੀਂ ਪਊਗਾ ਤੇ ਪੜ੍ਹ ਲਿਖ ਕੇ ਬੱਚੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਤੇ ਲਾ ਕੇ ਹਮੇਸ਼ਾ ਤੁਹਾਡੇ ਨਾਲ ਪਿੰਡ 'ਚ ਹੀ ਰਹਿਣਗੇ ਕਿੰਨੇ ਸੌਖਾ ਗੌਰ ਕਰਿਓ ਲੋਕ ਦਿਖਾਵੇ ਤੇ ਭੇੜਚਾਲ ਨੂੰ ਆਪਾਂ ਨੂੰ ਛੱਡਣਾ ਹੀ ਪੈਣਾ ਬਾਕੀ ਤੁਸੀਂ ਸਾਰੇ ਆਪੇ ਆਨੇ ਹੋ ਫਿਰ ਦੋਸਤੋ ਆ ਹੈ ਜੀ ਸਰਕਾਰੀ ਹਾਈ ਸਕੂਲ ਦਾ ਖੇਡ ਮੈਦਾਨ ਤੇ ਉਹ ਜਿਹੜਾ ਬੋਰਡ ਦਾ ਦਰਖਤ ਆ ਉਦੇ ਥੱਲੇ ਕਹਿੰਦੇ ਪਿੰਡ ਦੀਆਂ ਤੀਆਂ ਲੱਗਦੀਆਂ ਹੁੰਦੀਆਂ ਨੇ ਬਾਕੀ ਖੇਡ ਮੈਦਾਨ ਬਹੁਤ ਖੁੱਲ੍ਹਾ ਡੁੱਲਾ ਤੇ ਸੱਚ ਹਾਂ ਇਹ ਸਕੂਲ ਦੇ ਮੂਰ ਦੀ ਆ ਜਿਹੜਾ ਰਾਹ ਜਾਂਦਾ ਇਹ ਬਡਾਲੇ ਪਿੰਡ ਨੂੰ ਜਾਂਦਾ ਤੇ ਹੁਣ ਆਪਾਂ ਆ ਗਏ ਹਾਂ ਜੀ ਸੁੰਨੜ ਕਲੋਨੀ ਦੇ ਜੰਜਕਰ ਚ ਇਹ ਵੀ ਬਣਾਇਆ ਤਾਂ ਵਧੀਆ ਹੋਇਆ ਪਰ ਹੁਣ ਇੱਥੇ ਜੰਨਾ ਨਹੀਂ ਰੁਕਦੀਆਂ ਕਰਕੇ ਥੋੜੀ ਜੀ ਸਾਫ ਸਵਾਈ ਭਾਲਦਾ ਬਾਕੀ ਕਮਰੇ ਸੋਹਣੇ ਪਾਏ ਹੋਏ ਨੇ ਤੇ ਸੁੰਨੜ ਕਲੋਨੀ ਦੇ ਚੌਂਗ 'ਚ ਸਾਨੂੰ ਬਾਈ ਨਰਦੇਵ ਕੁਮਾਰ ਜੀ ਵੀ ਮਿਲ ਗਏ ਇਹ ਆਪਦੇ ਆਟੋ ਤੇ ਬੱਚਿਆਂ ਨੂੰ ਨਾਲ ਦੇ ਪਿੰਡਾਂ ਦੇ ਸਕੂਲਾਂ 'ਚੋਂ ਲੈ ਕੇ ਵੀ ਆਉਂਦੇ ਨੇ ਤੇ ਛੱਡ ਕੇ ਵੀ ਹੁੰਦੇ ਨੇ ਫਿਰ ਆ ਦੇਖੋ ਪਿੰਡ 'ਚ ਲਾਈਟਾਂ ਵੀ ਸੋਲਰ ਨਾਲ ਚੱਲਣ ਵਾਲੀਆਂ ਲਾਈਆਂ ਹੋਈਆਂ ਨੇ ਫਿਰ ਦੋਸਤੋ ਪਿੰਡੋਂ ਬਾਹਰ-ਬਾਰ ਇਸ ਜਗ੍ਹਾ ਨੂੰ ਪਿਪਲੀ ਵਾਲੀ ਜਗ੍ਹਾ ਕਹਿੰਦੇ ਆ ਇੱਥੇ ਵੀ ਕਈ ਪਰਿਵਾਰ ਮੱਥਾ ਟੇਕਦੇ ਨੇ ਤੇ ਇਹਦੇ ਨਾਲ ਹੀ ਆ ਇੱਕ ਛੱਪੜ ਬਣਾਇਆ ਹੋਇਆ ਕਹਿੰਦੇ ਇਹਦੇ 'ਚ ਬੇੜੇ ਤਾਰੇ ਜਾਂਦੇ ਆ ਯਾਨੀ ਕਾਫੀ ਮਾਨਤਾ ਐ ਇਸ ਜਗ੍ਹਾ ਦੀ ਫਿਰ ਆ ਹੈ ਜੀ ਬਾਬੇ 베ਰੀ ਵਾਲੇ ਜੀ ਦੀ ਜਗ੍ਹਾ ਇਹ ਜਗ੍ਹਾ ਬਹੁਤ ਵਧੀਆ ਬਣਾਈ ਹੋਈ ਆ ਦੇਖੋ ਕਿੰਨੇ ਵਧੀਆ ਕਮਰੇ ਪਾਏ ਹੋਏ ਆ ਸੋਹਣਾ ਬਰਾਂਡਾ ਪਾਇਆ ਹੋਇਆ ਇਸ ਜਗ੍ਹਾ ਨੂੰ ਵੀ ਬਹੁਤ ਪਰਿਵਾਰ ਮੰਨਦੇ ਨੇ ਤੇ ਇੱਥੇ ਆਹ ਮਟੀ ਤੇ ਤਾਂ ਨਤਨ ਬਾਬਾ ਇੱਛਾ ਧਾਰੀ ਜੀ ਲਿਖਿਆ ਹੋਇਆ ਜਾਨੀ ਜਗਾ ਇਹ ਬਾਬਾ ਇੱਛਾ ਧਾਰੀ ਜੀ ਦੀਆ ਪਰ ਇੱਥੇ 베ਰੀ ਹੋਣ ਕਰਕੇ ਇਹਨੂੰ 베ਰੀ ਵਾਲੀ ਜਗਾ ਕਹਿ ਦਿੰਦੇ ਆ ਪਰ ਜਗਾ ਸੋਹਣੀ ਆ ਫਿਰ ਪਿੰਡ ਚ ਆਹਾ ਜੋਸ਼ੀ ਡੇਲੀ ਨੀਡ ਸਟੋਰ ਆ ਜਾਨੀ ਇਥੋਂ ਹਰ ਰੋਜ਼ ਦੀ ਜ਼ਰੂਰਤ ਦਾ ਸਾਰਾ ਸਮਾਨ ਮਿਲ ਜਾਂਦਾ ਇੱਥੇ ਸਾਨੂੰ ਬਹੁਤ ਹੀ ਹੱਸਦੇ ਹੋਏ ਰਾਹੁਲ ਜੋਸ਼ੀ ਜੀ ਮਿਲੇ ਵਧੀਆ ਗੱਲ ਆ ਵੀਰ ਹੱਸਦੇ ਰਹੋ ਧੰਨਵਾਦ ਜੀ ਤੇ ਇਸ ਦੁਕਾਨ ਤੇ ਸਾਨੂੰ ਬਾਈ ਸਰਬਜੀਤ ਸਿੰਘ ਸੱਭੋ ਵੀ ਮਿਲ ਗਏ ਇਹ ਵੀ ਬਹੁਤ ਵਧੀਆ ਹਲਵਾਈ ਨੇ ਪਰ ਇਹਨਾਂ ਦੀ ਖਾਸ ਗੱਲ ਇਹ ਆ ਕਿ ਪਿੰਡ ਦੇ ਸਾਰੇ ਸੰਜੇ ਸਮਾਗਮਾਂ ਤੇ ਸੱਭੋ ਬਾਈ ਮੁਫਤ ਸੇਵਾ ਕਰਦਾ ਇਹ ਵੀ ਬਹੁਤ ਪੁੰਨ ਦਾ ਕੰਮ ਆ ਜਿਉਂਦਾ ਰਹੇ ਵੀਰ ਰੱਬ ਤੇਰੇ ਖੁਰਚਣੇ ਨੂੰ ਕੜਾਹੇ ਦੇ ਵਿੱਚ ਫਿਰਦਾ ਹੀ ਰੱਖੇ ਫਿਰ ਪਿੰਡ ਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵੀ ਹੈਗੀ ਆ ਇਹਦਾ ਵੀ ਕਾਫੀ ਸੋਖਾ ਫਿਰ ਆ ਹੈ ਜੀ ਵਿਦੇਸ਼ਾ ਸੀਮੈਂਟ ਸਟੋਰ ਤੇ ਇੱਥੇ ਸਾਨੂੰ ਬਾਈ ਜਰਨੈਲ ਸਿੰਘ ਜੀ ਮਿਲੇ ਧੰਨਵਾਦ ਜੀ ਤੇ ਹੁਣ ਆਪਾਂ ਆ ਗਏ ਆ ਸ਼ਰਮਾ ਕੰਪਿਊਟਰ ਤੇ ਜਨਰਲ ਸਟੋਰ ਤੇ ਇਹਨਾਂ ਦਾ ਕੰਮ ਵੀ ਸੋਹਣਾ ਇੱਥੇ ਸਾਨੂੰ ਅਵੀ ਸ਼ਰਮਾ ਜੀ ਮਿਲੇ ਧੰਨਵਾਦ ਵੀਰ ਜੀ ਫਿਰ ਆਹ ਹੈ ਜੀ ਪਿੰਡ ਚ ਐਸਆਰ ਫੈਸ਼ਨ ਬੁਟੀਕ ਤੇ ਟ੍ਰੇਨਿੰਗ ਸੈਂਟਰ ਇਹ ਵੀ ਵਧੀਆ ਡਿਜ਼ਾਈਨ ਵਾਲੇ ਕੱਪੜੇ ਤਿਆਰ ਕਰਕੇ ਦਿੰਦੇ ਨੇ ਇੱਥੇ ਸਾਨੂੰ ਬਾਈ ਰਕੇਸ਼ ਕੁਮਾਰ ਜੀ ਮਿਲੇ ਫਿਰ ਦੋਸਤੋ ਆਹ ਹੈ ਬਾਬਾ ਦੁੱਧਾਧਾਰੀ ਜੀ ਦੀ ਜਗ੍ਹਾ ਇਸ ਜਗ੍ਹਾ ਨੂੰ ਵੀ ਬਹੁਤ ਪਰਿਵਾਰ ਮੰਨਦੇ ਨੇ ਤੇ ਜਗ੍ਹਾ ਬਣਾਈ ਵੀ ਬਹੁਤ ਸੋਹਣੀ ਆ ਫਿਰ ਪਿੰਡ ਚ ਆਹਾ ਬਾਬਾ ਭਗਵਾਨ ਦਾਸ ਜੀ ਦੀ ਜਗ੍ਹਾ ਬਣਾਈ ਹੋਈ ਆ ਇਸ ਜਗ੍ਹਾ ਦੀ ਵੀ ਪਿੰਡ ਬਹੁਤ ਮਾਨਤਾ ਤੇ ਜਗਾ ਬਣਾਈ ਵੀ ਸੋਹਣੀ ਹੋਈ ਆ ਫਿਰ ਦੋਸਤੋ ਆ ਹੈ ਮਾਤਾ ਸਲਾਨੀ ਜੀ ਦਾ ਮੰਦਿਰ ਇਹਦੇ ਬਾਰੇ ਆਪਾਂ ਨੂੰ ਸ਼੍ਰੀ ਰਜੀਵ ਜੋਸ਼ੀ ਜੀ ਵਿਸਥਾਰ ਨਾਲ ਦੱਸਾਂਗੇ ਆਓ ਆਪਾਂ ਉਹਨਾਂ ਤੋਂ ਸੁਣਦੇ ਆਂ ਹਾਂਜੀ ਇਹ ਮਾਤਾ ਸਲਾਨੀ ਦਾ ਮੰਦਿਰ ਹੈ ਜਿਹੜਾ ਕਿ ਬਹੁਤ ਹੀ ਪ੍ਰਚੀਨ ਮੰਦਿਰ ਆ ਤੇ ਇੱਥੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜਦੋਂ ਇਹ ਇੱਥੇ ਕੋਈ ਨੌਂਦਾ ਸੀਗਾ ਉਹਦੇ ਦੁੱਖ ਤਕਲੀਫ ਦੂਰ ਹੋ ਜਾਂਦੇ ਸੀ ਜਿੱਦਾਂ ਆਪਣੇ ਖਾਜ ਵਗੈਰਾ ਕੁਝ ਵੀ ਹੁੰਦਾ ਸੀ ਤੇ ਇਦਾਂ ਸਾਨੂੰ ਦੱਸਿਆ ਗਿਆ ਮਤਲਬ ਇੱਥੇ ਪਹਿਲਾਂ ਇੱਕ ਛੋਟੀ ਜਿਹੀ ਛਪੜੀ ਸੀ ਇਹ ਤਲਾਬ ਵਗੂਏ ਬਣਿਆ ਆ ਮਤਲਬ ਯਾਨੀ ਕਿ ਹੁਣ ਇਹਦੀ ਆਪੇ ਹੀ ਨਿਰਮਾਣ ਕਰ ਰਹੇ ਆ ਮੰਦਿਰ ਦਾ ਧੰਨਵਾਦ ਜੋਸ਼ੀ ਸਾਹਿਬ ਦੋਸਤੋ ਮਾਤਾ ਸਲਾਣੀ ਜੀ ਦੇ ਮੰਦਿਰ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਸਰਦਾਰ ਪਵਿੱਤਰ ਸਿੰਘ ਜੀ ਪੱਤਰਕਾਰ ਸ਼੍ਰੀ ਰਜੀਵ ਜੋਸ਼ੀ ਜੀ, ਸ਼੍ਰੀ ਅਵਤਾਰ ਚੰਦ ਜੀ, ਸਰਦਾਰ ਸੁਖਵਿੰਦਰ ਸਿੰਘ ਜੀ, ਸਰਦਾਰ ਤਰਸੀਮ ਸਿੰਘ ਜੀ ਤੇ ਸਰਦਾਰ ਹਰਜੀਤ ਸਿੰਘ ਜੀ। ਫਿਰ ਦੋਸਤੋ ਆ پائی ਗਰੀਬਦਾਸ ਜੀ ਦੀ ਜਗ੍ਹਾ ਬਣਾਈ ਹੋਈ ਆ। ਇਸ ਜਗ੍ਹਾ ਨੂੰ ਵੀ ਬਹੁਤ ਲੋਕ ਮੰਨਦੇ ਨੇ। ਕਹਿੰਦੇ ਜਿਹਦੇ ਮੌਕੇ ਹੋਏ ਹੋਣ ਉਹ ਇੱਥੇ ਆ ਕੇ ਸੁੱਖ ਸੁੱਖ ਲਵੇ ਉਹਦੇ ਨਾਲ ਠੀਕ ਹੋ ਜਾਂਦੇ ਆ। ਕਹਿੰਦੇ ਜਦੋਂ ਲੋਕਾਂ ਦੇ ਮੌਕੇ ਠੀਕ ਹੋ ਜਾਂਦੇ ਆ ਫਿਰ ਉਹ ਇੱਥੇ ਝਾੜੂ ਤੇ ਨੂਨ ਛਾੜ ਕੇ ਜਾਂਦੇ ਆ। ਇਸੇ ਕਰਕੇ ਇੱਥੇ ਲੋਕੀ ਨੇੜੇ ਦੇ ਪਿੰਡਾਂ ਚੋਂ ਵੀ ਸੁੱਖ ਸੁੱਖਣ ਆਉਂਦੇ ਨੇ ਤੇ ਆ ਹੈ ਜੀ ਪਿੰਡ ਦੀ ਮਸ਼ਹੂਰ ਜੋਗਿੰਦਰਪਾਲ ਸਾਈਕਲਾਂ ਦੀ ਦੁਕਾਨ। ਦੋਸਤੋ ਜੋਗਿੰਦਰਪਾਲ ਜੀ ਨੂੰ ਘੱਟੋ ਘੱਟ 37 ਸਾਲ ਹੋ ਗਿਆ ਇਹ ਕੰਮ ਕਰਦਿਆਂ ਨੂੰ ਤੇ ਆਹ ਖੜੇ ਨੇ ਆਪ ਬਾਈ ਜੋਗਿੰਦਰਪਾਲ ਜੀ ਜਿਉਂਦੇ ਰਹੋ ਜੀ ਤੇ ਹੁਣ ਆਪਾਂ ਆ ਗਏ ਆਂ ਜੀ ਬਾਈ ਦਲਵਾਗ ਜੀ ਦੇ ヘア ਸਲੂਨ ਤੇ। ਬਾਈ ਕੰਮ ਤਾਂ ਵਧੀਆ ਕਰਦਾ ਬੰਦਾ ਵੀ ਬਹੁਤ ਖੁਸ਼ਦਿਲ ਆ। ਇਹਨਾਂ ਨੂੰ ਮਿਲ ਕੇ ਦਿਲ ਬਾਗ-ਬਾਗ ਹੋ ਜਾਂਦਾ। ਧੰਨਵਾਦ ਜੀ ਤੇ ਆਹ ਹੈ ਜੀ ਪਿੰਡ ਦੀ ਪਾਣੀ ਵਾਲੀ ਟੈਂਕੀ। ਇਸ ਟੈਂਕੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਬਾਈ ਤਰਸੀਮ ਜੀ ਕੋਲ ਆ। ਕਹਿੰਦੇ ਜਦੋਂ ਦੀ ਇਹ ਟੈਂਕੀ ਬਣੀ ਆ ਉਦੋਂ ਇਹ ਇਹਦੀ ਦੇਖਭਾਲ ਕਰਦੇ ਆ ਰਹੇ ਨੇ ਜਾਣੀ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਟੈਂਕੀ ਦੇ ਪਾਣੀ ਨੂੰ ਸਾਫ਼ ਕਰਨ ਲਈ ਪਿੰਡ 'ਚ ਆਰਓ ਫਿਲਟਰ ਸਿਸਟਮ ਦੀ ਵੀ ਲੋੜ ਆ ਅਸੀਂ ਪੰਜਾਬ ਸਰਕਾਰ ਨੂੰ ਤੇ ਜਲ ਸਪਲਾਈ ਵਿਭਾਗ ਨੂੰ ਬੇਨਤੀ ਕਰਦੇ ਆ ਕਿ ਪਿੰਡ ਸੁੰਨੜ ਕਲਾਂ 'ਚ ਛੇਤੀ ਤੋਂ ਪਹਿਲਾਂ ਆਰਓ ਫਿਲਟਰ ਸਿਸਟਮ ਲਗਵਾ ਕੇ ਦਿਓ ਤਾਂ ਕਿ ਪਿੰਡ ਦੇ ਹਰ ਘਰ ਤੱਕ ਸਾਫ਼ ਸੁਥਰਾ ਪਾਣੀ ਪਹੁੰਚ ਸਕੇ ਫਿਰ ਦੋਸਤੋ ਸੁੰਨੜ ਕਲਾਂ ਪਿੰਡ ਨੂੰ ਖੇਤੀਬਾੜੀ ਸੁਸਾਇਟੀ ਨੇੜੇ ਦੇ ਪਿੰਡ ਮਿੱਠੜਾ ਦੀ ਲੱਗਦੀ ਆ ਫਿਰ ਦੋਸਤੋ ਆਹ ਹੈ ਪਿੰਡ ਦੀ ਟੈਂਕੀ ਕੋਲ ਵੱਡੀਆਂ ਮਾਦਾ ਇਸ ਜਗ੍ਹਾ ਦੀ ਵੀ ਬਹੁਤ ਮਾਨਤਾ ਤੇ ਆ ਜਗ੍ਹਾ ਹੈ ਧੰਨ ਧੰਨ ਬਾਬਾ ਇੱਛਾ ਧਾਰੀ ਜੀ ਦੀ ਇਹ ਜਗ੍ਹਾ ਨੂਰਮੈਲ ਨੂੰ ਜਾਣ ਵਾਲੇ ਰਾਹ ਤੇ ਬਣੀ ਹੋਈ ਆ ਇੱਥੇ ਵੀ ਬਹੁਤ ਲੋਕੀ ਮੱਥਾ ਟੇਕਣ ਆਉਂਦੇ ਨੇ ਜਗ੍ਹਾ ਬਹੁਤ ਹੀ ਵਧੀਆ ਬਣਾਈ ਹੋਈ ਆ ਫਿਰ ਦੋਸਤੋ ਪਿੰਡ 'ਚ ਇੱਕ ਮਾਂ ਜਗਦੰਬੇ ਕਲੱਬ ਵੀ ਆ ਉਹਦੇ ਮੈਂਬਰ ਸਹਿਬਾਨ ਨੇ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਜੀ ਸ਼੍ਰੀ ਪ੍ਰਦੀਪ ਜੋਸ਼ੀ ਜੀ ਸਰਦਾਰ ਮੇਜਰ ਸਿੰਘ ਜੀ ਤੇ ਸਰਦਾਰ ਬੂਟਾ ਸਿੰਘ ਜੀ ਫਿਰ ਆਹ ਹੈ ਜੀ ਪਿੰਡ 'ਚ ਬਾਬਾ ਸੱਧਵਲੀ ਜੀ ਦੀ ਜਗ੍ਹਾ ਇਸ ਜਗ੍ਹਾ ਨੂੰ ਵੀ ਦੇ ਬਹੁਤ ਪਰਿਵਾਰ ਮੰਨਦੇ ਨੇ ਫਿਰ ਦੋਸਤੋ ਹੁਣ ਆਪਾਂ ਆ ਗਏ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਚ ਇਸ ਗੁਰੂ ਘਰ ਚ ਬਹੁਤ ਵੱਡੇ ਵੱਡੇ ਸਮਾਗਮ ਧੂਮ ਧਾਮ ਨਾਲ ਕਰਾਏ ਜਾਂਦੇ ਨੇ ਇੱਥੇ ਤਕਰੀਬਨ ਪੂਰਾ ਨਗਰ ਹੀ ਸ਼ਰਧਾ ਨਾਲ ਮੱਥਾ ਟੇਕਣ ਆਉਂਦਾ ਤੇ ਗੁਰੂ ਘਰ ਬਣਾਇਆ ਵੀ ਬਹੁਤ ਸ਼ਾਨਦਾਰ ਆ ਇੱਥੇ ਇੱਕ ਨੌਜਵਾਨ ਸਭਾ ਵੀ ਆ ਉਹਦੇ ਮੈਂਬਰ ਨੇ ਸ੍ਰੀ ਸੁਰਿੰਦਰਪਾਲ ਜੀ ਸ੍ਰੀ ਮੱਖਣ ਚੰਦ ਜੀ ਸ੍ਰੀ ਬਖਸ਼ੀਸ਼ ਚੰਦ ਜੀ ਸ੍ਰੀ ਰਾਮ ਲਵਾਇਆ ਜੀ ਇਹ ਨੌਜਵਾਨ ਸਭਾ ਵੀ ਪਿੰਡ ਦੇ ਬਹੁਤ ਕੰਮ ਕਰਦੀ ਆ ਤੇ ਗੁਰਦੁਆਰਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਅੰਦਰ ਹੀ ਆ ਬਾਬਾ ਲਾਲੂ ਦਾਸ ਜੀ ਦੀ ਜਗ੍ਹਾ ਬਣੀ ਹੋਈ ਆ ਤੇ ਇਹਦੇ ਨਾਲ ਹੀ ਇਧਰਲੇ ਪਾਸੇ ਆ ਬਾਬਾ ਜੋਗੀ ਪੀਰ ਜੀ ਦੀ ਜਗ੍ਹਾ ਬਣੀ ਹੋਈ ਆ ਤੇ ਇਹਦੇ ਨਾਲ ਹੀ ਆ ਬਾਬਾ ਚੰਚਲ ਦਾਸ ਜੀ ਦੀ ਜਗ੍ਹਾ ਬਣੀ ਹੋਈ ਆ ਤੇ ਇਧਰਲੇ ਪਾਸੇ ਆ ਆ ਬਾਬਾ ਕੇਸਰੀ ਰਾਜ ਜੀ ਦੀ ਜਗ੍ਹਾ ਬਣੀ ਹੋਈ ਆ ਇਹਨਾਂ ਥਾਵਾਂ ਤੇ ਵੀ ਤਕਰੀਬਨ ਸਾਰੇ ਹੀ ਮੱਥਾ ਟੇਕਦੇ ਨੇ ਫਿਰ ਦੋਸਤੋ ਆ ਵੀ ਪਿੰਡ ਦਾ ਇੱਕ ਹੋਰ ਜੰਝਕਾਰ ਆ ਇਹ ਵੀ ਸਾਫ਼ ਸੁਥਰਾ ਤੇ ਇਹਦੇ ਨਾਲ ਹੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਪੋਰਟਸ ਕਲੱਬ ਵਦੋ ਕਮਰਾ ਇਹਦੇ ਅੰਦਰ ਹੀ ਜਿੰਮ ਦੀਆਂ ਮਸ਼ੀਨਾਂ ਵੀ ਲਾਈਆਂ ਹੋਈਆਂ ਨੇ ਇਹਦੇ ਜਮਾਂ ਹੀ ਮੂਰੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਪਾਰਕ ਵੀ ਬਣਾਈ ਹੋਈ ਆ ਇਹ ਪਾਰਕ ਵੀ ਵਧੀਆ ਬਣਾਈ ਹੋਈ ਆ ਇੱਥੇ ਸਾਡੇ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਬੁੱਤ ਵੀ ਲਾਇਆ ਹੋਇਆ ਵਧੀਆ ਗੱਲ ਆ ਇਹਨਾਂ ਨੂੰ ਦੇਖ ਕੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਸਾਡੇ ਭਾਰਤ ਦੇਸ਼ ਦਾ ਕਾਨੂੰਨ ਇਸ ਮਹਾਨ ਆਤਮਾ ਨੇ ਲਿਖਿਆ ਸੀ ਦੋਸਤੋ ਸਾਨੂੰ ਇਸ ਪਾਰਕ 'ਚ ਪਿੰਡ ਦੇ ਕੁਝ ਨੌਜਵਾਨ ਸਾਫ ਸਫਾਈ ਕਰਦੇ ਵੀ ਨਜ਼ਰ ਆਏ ਤੇ ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਕਿ ਤੁਹਾਨੂੰ ਪੰਚਾਇਤ ਨੇ ਲਾਇਆ ਤਾਂ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਉਹੀ ਸੇਵਾ ਕਰਦੇ ਆ ਜਾਨੀ ਮੈਨੂੰ ਇਹਨਾਂ ਮੁੰਡਿਆਂ ਦੀ ਸੋਚ ਵਧੀਆ ਲੱਗੀ ਇਹ ਕਹਿੰਦੇ ਜੀ ਸਾਡਾ ਪਿੰਡ ਆ ਅਸੀਂ ਉਹੀ ਸਾਫ਼ ਰੱਖਣਾ ਇਹਨਾਂ ਵੀਰਾਂ ਦੇ ਨਾਮ ਨੇ ਸ਼੍ਰੀ ਮਹਿੰਦਰਪਾਲ ਜੀ ਸ਼੍ਰੀ ਰਾਜਕੁਮਾਰ ਜੀ ਸ਼੍ਰੀ ਅਜੀਤ ਜੀ ਤੇ ਸ਼੍ਰੀ ਵਿਜੇ ਜੀ ਜਿਉਂਦੇ ਰਹੋ ਵੀਰੋ ਜਿਹੜੇ ਪਿੰਡ 'ਚ ਤੁਹਾਡੇ ਵਰਗੇ ਨੌਜਵਾਨ ਆ ਉਸ ਪਿੰਡ ਨੇ ਸਾਫ਼ ਸੁਥਰਾ ਹੀ ਰਹਿਣਾ ਚੱਕ ਦੋ ਭਟੇ ਵੀਰ ਤੇ ਆਪਾਂ ਹੁਣ ਤੁਹਾਨੂੰ ਲੈ ਆਏ ਆ ਪਿੰਡ ਦੇ ਛੱਪੜ ਤੇ ਇਹ ਛੱਪੜ ਨੂੰ ਹੋਰ ਡੂੰਘਾ ਕਰਨ ਦੀ ਲੋੜ ਆ ਕਿਉਂਕਿ ਪਿੰਡ ਦੇ ਲੋਕ ਕਹਿੰਦੇ ਸੀ ਜੀ ਜਦੋਂ ਮੀਂਹ ਪੈ ਜਾਂਦਾ ਫਿਰ ਇਹਦਾ ਪਾਣੀ ਨੇੜੇ-ਤੇੜ ਦੇ ਘਰਾਂ ਚ ਲੈ ਜਾਂਦਾ ਤੇ ਇਹ ਛੱਪੜ ਦੇ ਮੂਹਰੇ ਆਹ ਬਾਬਾ ਗੁੱਗਾ ਯਾਰ ਵੀਰ ਜੀ ਦੀ ਜਗ੍ਹਾ ਬਣਾਈ ਹੋਈ ਆ ਇੱਥੇ ਕਹਿੰਦੇ ਹਰ ਸਾਲ ਛੰਝ ਮੇਲਾ ਵੀ ਕਰਾਇਆ ਜਾਂਦਾ ਤੇ ਇਸ ਕਮੇਟੀ ਦੇ ਮੈਂਬਰ ਸਹਿਬਾਨ ਨੇ ਸਰਦਾਰ ਅਮਰਜੀਤ ਸਿੰਘ ਜੀ, ਸ਼੍ਰੀ ਰਜੀਵ ਜੋਸ਼ੀ ਜੀ, ਨੰਬਰਦਾਰ ਸਰਦਾਰ ਅਮਰਜੀਤ ਸਿੰਘ ਜੀ, ਸਰਦਾਰ ਜੁਝਾਰ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ ਤੇ ਸਰਦਾਰ ਮਨਿੰਦਰ ਸਿੰਘ ਜੀ ਤੇ ਦੋਸਤੋ ਆ ਜਗਾ ਹੈ ਪੀਰ ਬਾਬਾ ਲੱਖ ਦਾਤਾ ਜੀ ਦੀ ਇਹ ਜਗਾ ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਛਲੇ ਪਾਸੇ ਆ ਇੱਥੇ ਵੀ ਬਹੁਤ ਲੋਕ ਮੱਥਾ ਟੇਕਣ ਆਉਂਦੇ ਨੇ ਫਿਰ ਆ ਹੈ ਜੀ ਸੰਤ ਰਸੀਲਾ ਜਨਰਲ ਸਟੋਰ ਤੇ ਇਸ ਦੁਕਾਨ ਤੇ ਵੀ ਸਮਾਨ ਵਧੀਆ ਤੇ ਸਸਤਾ ਮਿਲ ਜਾਂਦਾ ਇਸ ਦੁਕਾਨ ਤੇ ਰੀਟਾ ਰਣੀ ਭੈਣ ਜੀ ਹੁੰਦੇ ਨੇ ਵਧੀਆ ਕੰਮ ਆ ਇਹਨਾਂ ਦਾ ਵੀ ਤੇ ਆ ਵੀਰਾ ਸੰਦੀਪ ਕੁਮਾਰ ਇਹਨਾਂ ਦਾ ਫਰੈਸ਼ ਲੁੱਕ ਹੈਅਰ ਸਲੂਨ ਆ ਇਹਨਾਂ ਦਾ ਕੰਮ ਵੀ ਵਧੀਆ ਤੇ ਆ ਹੈ ਜੀ ਪਿੰਡ ਦਾ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਇਸ ਗੁਰੂ ਘਰ ਦੀ ਇਮਾਰਤ ਵੀ ਬਹੁਤ ਸੋਹਣੀ ਹੋਈ ਆ ਇੱਥੇ ਵੀ ਤਕਰੀਬਨ ਸਾਰਾ ਪਿੰਡ ਹੀ ਸ਼ਰਦਾ ਨਾਲ ਮੱਥਾ ਟੇਕਣ ਆਉਂਦਾ ਸੋਨਾ ਗੁਰੂ ਘਰ ਆ ਇਹ ਤੇ ਹੁਣ ਅਸੀਂ ਆ ਗਏ ਆ ਬਾਂਸਲ ਕਰਿਆਨਾ ਸਟੋਰ ਤੇ ਇਹ ਦੁਕਾਨ ਸਾਡੇ ਬਾਈ ਤਰਲੋਚਨ ਸਿੰਘ ਜੀ ਦੀ ਆ ਇਹਨਾਂ ਕੋਲੋਂ ਵੀ ਕਰਿਆਨੇ ਦਾ ਤਕਰੀਬਨ ਸਾਰਾ ਹੀ ਸਮਾਨ ਮਿਲ ਜਾਂਦਾ ਜਦੋਂ ਅਸੀਂ ਇਹਨਾਂ ਕੋਲ ਆਏ ਤਾਂ ਇਹਨਾਂ ਦੀ ਦੁਕਾਨ ਤੇ ਰੰਗ-ਬਰੰਗੀਆਂ ਰਖੜੀਆਂ ਵੀ ਪਈਆਂ ਸੀ ਦੋਸਤੋ ਸਰਦਾਰ ਤਰਲੋਚਨ ਸਿੰਘ ਜੀ ਨੇ ਸਾਡੇ ਨਾਲ ਪੂਰਾ ਦਿਨ ਪਿੰਡ ਦਾ ਕੋਨਾ-ਕੋਨਾ ਛਾਣ ਮਾਰਿਆ ਜਣੀ ਪੂਰਾ ਦਿਨ ਸੇਵਾ ਨਿਭਾਈ ਇਸ ਡਾਕੂਮੈਂਟਰੀ ਨੂੰ ਬਣਾਉਣ ਲਈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਉਂਦੇ ਰਹੋ ਬਾਈ ਤਰਲੋਚਨ ਸਿੰਘ ਜੀ ਤੇ ਹੁਣ ਆਪਾਂ ਆ ਗਏ ਆ ਉਥੇ ਜਿੱਥੇ ਜਾਣਾ ਹੀ ਪੈਣਾ ਜਾਨੀ ਪਿੰਡ ਦੇ ਸ਼ਮਸ਼ਾਨ ਘਾੜ ਚ ਇਹ ਸ਼ਮਸ਼ਾਨ ਘਾੜ ਜੰਡੇਆਲੇ ਨੂੰ ਜਾਣ ਵਾਲੇ ਰਾਹ ਤੇ ਆ ਇੱਥੇ ਵਧੀਆ ਬਰਾਂਡਾ ਪਾਇਆ ਹੋਇਆ ਸੋਹਣੇ ਦਰਖਤ ਲਾਏ ਹੋਏ ਨੇ ਥਾਂ ਵੀ ਕਾਫੀ ਖੁੱਲਾ ਡੁੱਲਾ ਫਿਰ ਸੈਦੋਵਾਲ ਤੇ ਤਗੜਾ ਪਿੰਡ ਨੂੰ ਜਾਣ ਵਾਲੇ ਰਾਹ ਤੇ ਆਹ ਨਹੀਂ ਪਿੰਡ ਦੇ ਦੂਜੇ ਸ਼ਮਸ਼ਾਨ ਘਟ ਇੱਥੇ ਥਾਂ ਤਾਂ ਖੁੱਲਾ ਪਰ ਸਫਾਈ ਕਰਨ ਵਾਲੀ ਆ ਤੇ ਇੱਥੇ ਆਹ ਇੱਕ ਪੀਰਾਂ ਦੀ ਜਗ੍ਹਾ ਵੀ ਬਣੀ ਹੋਈ ਆ ਇਸ ਜਗ੍ਹਾ ਦਾ ਨਾਂ ਨਹੀਂ ਸਾਨੂੰ ਪਤਾ ਲੱਗ ਸਕਿਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਦੋਸਤੋ ਅਸੀਂ ਆਪਦੇ ਹਿਸਾਬ ਨਾਲ ਤਾਂ ਇਹਨਾਂ ਦੋਹਾਂ ਪਾਗਾਂ 'ਚ ਤੁਹਾਨੂੰ ਪੂਰਾ ਪਿੰਡ ਦਿਖਾਈ ਦਿੱਤਾ ਅਰ ਜੇ ਹਲੇ ਵੀ ਕੁਝ ਰਹਿ ਗਿਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਤੁਸੀਂ ਪਿੰਡ ਦੀ ਦੇਣੀ ਚਾਹੁੰਦੇ ਹੋਵੋ ਤਾਂ ਬਾਈ ਸੁਖਦੀਪ ਸਿੰਘ ਜੀ ਨੂੰ ਆਹ ਨੰਬਰ ਤੇ ਗੱਲ ਕਰਕੇ ਦੱਸ ਦਿਓ ਜੇ ਸਾਥੋਂ ਕਿਸੇ ਪਤਵੰਤੇ ਸੱਜਣ ਦਾ ਨਾਮ ਜਾਂ ਪਿੰਡ ਦੀ ਕਿਸੇ ਧਾਰਮਿਕ ਜਗ੍ਹਾ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਮਾਫੀ ਤਾਂ ਮੰਗਦੇ ਆਂ ਤੇ ਤੁਹਾਨੂੰ ਬੇਨਤੀ ਵੀ ਕਰਦੇ ਆਂ ਕਿ ਤੁਸੀਂ ਗੁੱਸਾ ਕਰਨ ਦੀ ਬਜਾਏ ਸਾਨੂੰ ਉਹ ਨਾਮ ਕਮੈਂਟ 'ਚ ਠੀਕ ਲਿਖ ਕੇ ਭੇਜ ਦਿਓ ਫਿਰ ਆਪਾਂ ਮੂਹਰਲੇ ਸੋਮਵਾਰ ਨੂੰ ਪਿੰਡ ਦੇ ਤੀਜੇ ਤੇ ਆਖਰੀ ਭਾਗ 'ਚ ਉਹ ਠੀਕ ਕਰਕੇ ਬੋਲ ਦਿਆਂਗੇ ਸਾਡਾ ਯਕੀਨ ਮੰਨੋ ਅਸੀਂ ਸਾਰੇ ਧਾਰਮਿਕ ਮਾਦਾ ਅਤੇ ਧਾਰਮਿਕ ਥਾਵਾਂ ਦਾ ਬਹੁਤ ਸਤਿਕਾਰ ਕਰਦੇ ਆ ਤੇ ਅਸੀਂ ਅਖੀਰ ਚੱਕ ਵਾਰ ਫੇਰ ਸਰਦਾਰ ਤਰਸੀਮ ਸਿੰਘ ਜੀ ਦੇ ਸਰਦਾਰ ਕੇਵਲ ਸਿੰਘ ਜੀ ਦੇ ਸਰਦਾਰ ਅਮਰਜੀਤ ਸਿੰਘ ਜੀ ਦੇ ਸਰਦਾਰ ਤਰਲੋਚਨ ਸਿੰਘ ਜੀ ਦੇ ਤੇ ਸ਼੍ਰੀ ਰਜੀਵ ਜੋਸ਼ੀ ਜੀ ਦੇ ਬਹੁਤ ਬਹੁਤ ਧੰਨਵਾਦ ਦੀਆਂ ਇਹਨਾਂ ਸਾਰੇ ਸੱਜਣਾ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਨਾਲ ਪਿੰਡ ਦੀਆਂ ਇੰਨੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਾਸਤੇ ਧੰਨਵਾਦ ਜੀ ਹੁਣ ਮੈਨੂੰ ਤੁਸੀਂ ਇੱਥੇ ਇਜਾਜ਼ਤ ਦਿਓ ਕੱਲ ਨੂੰ ਮਿਲਦੇ ਆਂ ਸ਼ਾਮ ਨੂੰ 4 ਵਜੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਰਜ ਹਸਨ ਦੀ ਡਾਕੂਮੈਂਟਰੀ ਚ ਉਦੋਂ ਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਉਂਦੇ ਵੱਸਦੇ ਰਹੋ ਤੇ ਰੱਬ ਰਾਖਾ ਦੋਸਤੋ